वाहिगुरु जी का खालसा, वाहिगुरु जी की फतेह जी। दोस्तों, जिस मासूम बच्चे नूं तुसीं इस टाइम देख रहे हो, असीं तुहाडे अगे बेनती करांगे तुसीं इहनूं वध चढ़ के शेयर करियो वीडियो नूं। लानता पाउणियां ने इदां दे परिवार ते, इदां दे माँ, इदां दे बापां ते जिहड़े आपदे इहो जिहे मासूम बच्चों नूं छड़ दिंदे ने। तुहाडे पैरां ते की प्रॉब्लम हो गई जी? इह अच्छा, तुहाडा नाम की आ? मेरा नाम पक्का परमजीत सिंह। परमजीत सिंह, हां जी। तुहाडे पिता जी का की नाम आ? सच्चा सिंह। तुसीं कित्थों दे रहिण वाले हो? नंगल डैम। ਤੁਹਾਡੇ ਮੰਮੀ ਕੀ ਕਰਦੇ ਨੇ? ਮੰਮੀ ਤਾਂ ਬਸ ਭੱਜ ਗਏ। ਓਕੇ, ਤੁਹਾਨੂੰ ਤੁਹਾਨੂੰ ਕਿਹਨੇ ਛੱਡ ਗਏ? ਹਾਂਜੀ, ਛੋਟਿਆਂ ਨੂੰ, ਮੈਨੂੰ ਨਾਲ ਮੇਰੀ ਭੈਣ ਨੂੰ। ਤੁਹਾਡੀ ਭੈਣ ਕਿੱਥੇ ਨੇ? ਉਹ ਪੱਠੇ ਪਾਇਆ ਖਿੜਕੀ। ਓਕੇ, ਕਰਹਾਲੀ ਸਾਹਿਬ। ਹਾਂਜੀ, ਤੁਹਾਨੂੰ ਕੀ ਪ੍ਰੋਬਲਮ ਆ ਸਰੀਰ 'ਚ ਵੀਰੇ? ਪਤਾ ਨਹੀਂ ਜੀ, ਹੁਣ ਪਤਾ ਕੀ ਹੋਇਆ। ਤੁਸੀਂ ਆਪਣੇ ਮੰਮੀ ਕੋਲ ਜਾਣਾ ਚਾਹੁੰਦੇ ਹੋ? ਨਹੀਂ ਜੀ। ਕੀ ਚੱਕਰ ਆ? ਉਹ ਬਸ ਮਾਰਦੇ ਕੁੱਟਦੇ ਆ। ਤੁਸੀਂ ਦੇਖੋ ਸੰਗਤ ਜੀ, ਇਹ ਵੀਰ ਬੱਚਾ 16 ਸਾਲ ਦੀ ਉਮਰ ਦੱਸਦਾ ਜੀ, ਸਰੀਰ 'ਚ ਵੀ ਵਾਧਾ ਨਹੀਂ ਹੋਇਆ ਜੀ, ਜਿਵੇਂ ਕੋਈ ਹਾਰਟ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਇੱਦਾਂ ਦਾ ਸਾਨੂੰ ਲੱਗ ਰਿਹਾ ਜੀ। ਪਰ ਲੱਖ ਦੀ ਲਾਹਨਤ ਹੈ, ਅਸੀਂ ਮਾਂ ਅਤੇ ਮਾਂ ਆਪਣੀਆਂ ਅੰਦਰਾਂ ਕਦੇ ਨਹੀਂ ਛੱਡਦੀ। ਇਹ ਵੀਰੋਂ ਨਹੀਂ, ਸਾਡੇ ਨੇੜੇ ਕਰਹਾਲੀ ਸਾਹਿਬ ਪਿੰਡ ਆ ਜੀ, ਉੱਥੋਂ ਲੈ। ਬਾਪੂ ਜੀ, ਤੁਹਾਨੂੰ ਕਿੱਥੋਂ ਮਿਲਿਆ ਵੀਰੇ? ਇਹ ਕਿੱਥੋਂ ਮਿਲਿਆ? ਤੁਹਾਡੇ ਪਿੰਡ ਭੱਠੇ ਦੇ? ਖੇੜਕੀ ਪਿੰਡ। ਉੱਥੇ ਇਹਨੂੰ ਮਾੜੀ ਤੇ ਛੱਡ ਗਏ ਕਰਹਾਲੀ। ਓਕੇ, ਹਾਂਜੀ, ਮੈਂ ਉੱਥੇ ਸੇਵਾ ਕਰਦਾ ਜੀ, ਸੇਵਾਦਾਰ ਹਾਂ। ਓਕੇ ਜੀ, 15 ਦਿਨ ਹੋ ਗਏ ਮੈਂ ਰੱਖ ਰਿਹਾ ਜੀ, ਇਹਦਾ ਇਲਾਜ ਲੂਜ ਵੀ ਮੈਂ ਕਰਾਇਆ। ਹਾਂ, ਹੁਣ ਡਾਕਟਰ ਜੀ ਕਹਿੰਦਾ ਵੀ ਪਟਿਆਲੇ ਲੈ ਕੇ ਜਾਓ। ਓਕੇ ਜੀ, ਓਕੇ ਓਕੇ। ਤੁਸੀਂ ਦੇਖ ਰਹੇ ਹੋ ਸੰਗਤ ਜੀ, ਇਹ ਵੀਰ ਬੱਚਾ 15 ਸਾਲ ਦੀ ਉਮਰ ਆ ਜੀ, ਇਹ ਬੱਚੇ ਨੇ ਦੱਸਿਆ। ਤੁਹਾਡੇ ਮੰਮੀ ਤੁਹਾਨੂੰ ਕਿਉਂ ਨਹੀਂ ਰੱਖਦੇ ਪੁੱਤ? ਕੀ ਗੱਲ ਆ, ਦੱਸ ਦਿਓ ਖੁੱਲ੍ਹ ਕੇ। ਮੈਂ ਉਹਦੇ ਕੋਲ ਰਹਿਣਾ ਨਹੀਂ ਚਾਹੁੰਦਾ ਜੀ। ਤੁਸੀਂ ਨਹੀਂ ਰਹਿਣਾ ਚਾਹੁੰਦੇ, ਉਹ ਤਾਂ ਰੱਖਣਾ ਚਾਹੁੰਦੇ ਨੇ। ਉਹ ਵੀ ਨਹੀਂ ਰੱਖਦੇ। ਕਿਉਂ ਨਹੀਂ ਰੱਖਦੇ? ਪਤਾ ਨਹੀਂ। ਤੁਸੀਂ ਕਾਹਤੋਂ ਆ ਗਏ ਉਹਨਾਂ ਕੋਲ? ਤੁਸੀਂ ਆਏ ਹੋ, ਆਪ ਆਏ ਹੋ? ਨਹੀਂ, ਉਹ ਨਹੀਂ ਆਪ ਪਿਆ ਆਇਆ। ਨਹੀਂ, ਤੁਹਾਨੂੰ ਉਹ ਰੱਖ ਤਾਂ ਰਹੇ ਨੇ ਪੱਠੇ 'ਤੇ, ਰੱਖਿਆ ਤਾਂ ਹੋਇਆ ਨਾਲ ਤੁਹਾਨੂੰ? ਨਹੀਂ ਜੀ, ਉਹ ਤਾਂ ਮੇਰੀ ਭੈਣ ਰਹਿੰਦੀ ਜੀ ਪੱਠੇ, ਮੰਮੀ ਤਾਂ ਮੇਰੀ ਚੀਕ ਰਹਿੰਦੀ ਕਿਸੇ ਹੋਰ ਆਦਮੀ ਕੋਲ। ਓਕੇ, ਹਾਂਜੀ। ਤੁਸੀਂ ਫਿਰ ਕਿਹਦੇ ਕੋਲ ਰਹਿੰਦੇ ਹੋ ਪੱਠੇ 'ਤੇ? ਪੱਠੇ 'ਤੇ ਉਹ ਹੈਗਾ ਇੱਕ ਬੰਦਾ, ਉਹ ਦੂਸਰੇ ਨਾਲ ਚੀਰੇ ਨਾਲ ਭੱਜ ਕੇ ਆਈ ਸੀ ਜੀ। ਤੁਹਾਡੀ ਮੰਮੀ ਨੇ ਕਿੰਨੇ ਵਿਆਹ ਕਰਾ ਲਏ? ਉਹਨੇ 2। ਓਕੇ, ਤੁਹਾਨੂੰ ਭੈਣ ਭਾਈ ਨੂੰ ਛੱਡਤਾ ਹੈ ਨਾ? ਕਿੰਨਾ ਟਾਈਮ ਹੋ ਗਿਆ? ਤੀਜਾ ਵਿਆਹ ਕਰਾ, 3 ਵਿਆਹ ਕਰਾ ਲਏ ਇਸ ਬੱਚੇ ਦੀ ਮਾਂ ਨੇ। ਲੱਖ ਦੀ ਲਾਹਨਤ ਆ, ਜਦੋਂ ਬੱਚਿਆਂ ਨੂੰ ਜਨਮ ਦਿੱਤਾ ਤਾਂ ਫਿਰ ਪਾਲਣਾ ਵੀ ਸਿੱਖੋ। ਗਰੀਬੀ ਮੀਰੀ ਵੱਖਰੀ ਚੀਜ਼ ਆ, ਇੱਕ ਗਰੀਬੀ ਮੀਰੀ ਦਾ ਕੰਸੈਪਟ ਵੱਖਰਾ, ਪਰ ਜਿਹੜੀ ਇਨਸਾਨੀਅਤ ਨਾ ਉਹ ਸਾਡੇ ਮਰਦੀ ਜਾ ਰਹੀ ਆ, ਸਾਨੂੰ ਇਨਸਾਨੀਅਤ ਜਗਾਉਣੀ ਪਊਗੀ, ਇਹੋ ਜਿਹੇ ਮਾਸੂਮ ਨੂੰ ਛੱਡ ਕੇ ਜਾਊਗੀ ਕਿੱਥੇ? ਕੀ ਕਹਿਣਾ ਚਾਹੁੰਦਾ ਪੁੱਤ? ਹਾਂਜੀ, ਤੁਸੀਂ ਪੜ੍ਹਾਈ ਕੀਤੀ ਹੈ? ਪੜ੍ਹਾਈ ਤੁਹਾਨੂੰ ਪ੍ਰੋਬਲਮ ਕੀ ਆ ਸਰੀਰ 'ਚ ਪੁੱਤ? ਪਤਾ ਨਹੀਂ ਜੀ। ਕੋਈ ਡਾਕਟਰ ਦੇ ਵੀ ਦਾਖਲ ਹੋਏ ਸੀ ਤੁਸੀਂ? ਕਿਤੇ ਦਾਖਲ ਨਹੀਂ ਹੋਏ? ਉਹ ਨੰਗਲ ਡੈਮ ਮੇਰੇ ਤਾਏ ਨੇ ਗਲੂਕੋਸ ਲਵਾਇਆ ਤਾ। ਉਹ ਤਾਂ ਤੁਹਾਨੂੰ ਤੁਸੀਂ ਦਾਖਲ ਨਹੀਂ ਹੋਏਗੇ। ਤੁਸੀਂ ਦੇਖੋ, ਹੱਡ ਵੀ ਨਿਕਲੇ ਪਏ ਨੇ ਸੰਗਤ ਜੀ, ਆ ਨਾ ਜਿਹੜਾ ਇੰਨੀ ਕਮਜ਼ੋਰੀ ਆ ਸਰੀਰ ਦੇ ਵਿੱਚ, ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ, ਹੱਥ ਰੱਖਦੇ ਹਾਂ ਨਾ ਤਾਂ ਹੱਡੇ ਹੱਡ ਦਿਖਦੇ ਨੇ ਜੀ, ਮਾਸ ਹੈ ਨਹੀਂ। ਔਰ ਬੈਠੋ ਖਾਲਸਾ ਜੀ, ਔਰ ਤੁਸੀਂ ਦੇਖ ਰਹੇ ਹੋ ਬੱਚੇ ਦੇ ਹਾਲਾਤ, ਪੈਰਾਂ ਦੇ ਕੀ ਹਾਲਾਤ ਨੇ ਬਾਈ ਜੀ ਨੂੰ, ਮਤਲਬ ਕੌਣ ਤੁਸੀਂ ਦੱਸ ਰਹੇ ਤੇ? ਤੁਹਾਨੂੰ ਤੁਹਾਡਾ ਹੱਲ ਕਿੱਥੇ ਕਰੀਏ? ਰਹਿਣ ਦਾ ਹੱਲ ਕਰੀਏ, ਕੀ ਕਰੀਏ? ਪੜ੍ਹਾਈਏ, ਲਿਖਾਈਏ? ਦੱਸੋ ਦੱਸੋ ਪੁੱਤ, ਦੱਸ ਵੀ ਇਲਾਜ ਕਰਾਉਣਾ ਬਸ, ਇਲਾਜ ਕਰ ਦਿਓ ਬਸ ਮੇਰਾ। ਤੁਹਾਡਾ ਜਨਮ ਮਿਤੀ ਕਿੰਨੀ ਆ ਪੁੱਤ? ਪਤਾ ਨਹੀਂ। ਅੱਛਾ, ਤੁਸੀਂ ਸਕੂਲ ਬਿਲਕੁਲ ਵੀ ਨਹੀਂ ਗਏ ਕਦੇ? ਆਹ ਹਾਲਾਤ ਨੇ ਸਾਡੇ, ਕੀ ਕਹੀਏ ਵੀਰੇ? ਮੈਂ ਨਾ ਹੈਰਾਨ ਹਾਂ, ਪਰੇਸ਼ਾਨ ਹਾਂ ਸੱਚੀ, ਵੀ ਐਸੀਆਂ ਵੀ ਮਾਵਾਂ ਹੁੰਦੀਆਂ ਨੇ, ਮਾਂ 9 ਮਹੀਨੇ ਪੇਟ 'ਚ ਰੱਖਦੀ ਆ ਪੁੱਤਾਂ ਨੂੰ, ਦੁਨੀਆ ਤਰਸ ਰਹੀ ਆ ਦੁਨੀਆ ਪੁੱਤਾਂ ਨੂੰ। ਕੁਛ ਕੁ ਇਨਸਾਨਾਂ ਦੇ ਮਨ ਦੇ ਵਿੱਚ ਬੜਿਆ ਵਾ ਵੀ ਪੁੱਤੇ ਸਾਰਾ ਕੁਛ ਹੁੰਦੇ ਨੇ, ਪਰ ਆਹ ਉਹ ਪੁੱਤ ਤੁਸੀਂ ਦੇਖੋ ਜਿਹਨਾਂ ਨੂੰ ਮਾਵਾਂ ਜੰਮ ਕੇ ਇੱਦਾਂ ਸਿੱਟ ਦਿੰਦੀਆਂ ਨੇ। ਕਈ ਬੰਦਿਆਂ, ਕਈ ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਕੋਲ ਬਹੁਤ ਇਹੋ ਜਿਹੇ ਪਰਿਵਾਰ ਆਉਂਦੇ ਨੇ ਜਿਨ੍ਹਾਂ ਦੇ ਘਰ ਉਹ ਤਰਸ ਰਹੇ ਨੇ ਵੀ ਇੱਕ ਜੀ ਆ ਜੇ ਸਾਡੇ ਘਰ, ਧੀ ਆ ਜੇ, ਪੁੱਤ ਆ ਜੇ, ਪਰ ਜਿਨ੍ਹਾਂ ਨੂੰ ਪਰਮਾਤਮਾ ਨੇ ਪੁੱਤ ਅਤੇ ਧੀ ਦਿੱਤੇ ਨੇ ਉਹ ਛੱਡ ਕੇ ਤੁਰ ਗਈ ਕਿਸੇ ਹੋਰ ਦੇ ਨਾਲ, ਕੀ ਕਹੀਏ ਉਸ ਭੈਣ ਨੂੰ? ਫਿਰ ਉਹ ਪੰਗਤੀ ਸਾਡੇ ਚੇਤੇ ਆ ਜਾਂਦੇ ਵੀ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਜਾਨ, ਕਹਿੰਦੇ ਜਿਹੜੀ ਗੁਰੂ ਸਾਹਿਬ ਕਹਿੰਦੇ ਜਿਹੜੀ ਰਾਜੇ ਜੰਮਦੀ ਆ ਉਹਨੂੰ ਮੰਦਾ ਨਹੀਂ ਕਹਿਣਾ। ਪਰ ਹੁਣ ਇੱਥੇ ਆ ਕੇ ਅਸੀਂ ਟੁੱਟ ਜਾਂਦੇ ਹਾਂ, ਜੇ ਇੱਕ ਪਾਸੇ ਅਸੀਂ ਗੁਰੂ ਸਾਹਿਬ ਦੇ ਬੋਲ ਯਾਦ ਕਰਦੇ ਹਾਂ ਤਾਂ ਇੱਕ ਪਾਸੇ ਅਸੀਂ ਆਹ ਹਾਲਾਤ ਦੇਖਦੇ ਹਾਂ, ਅਸੀਂ ਟੁੱਟ ਜਾਂਦੇ ਹਾਂ ਵੀ ਅਸੀਂ ਕਿਹੜਾ ਰਸਤਾ ਅਪਣਾਈਏ। ਐਸੀਆਂ ਮਾਵਾਂ ਜਿਹੜੀਆਂ 9 ਮਹੀਨੇ, ਮੈਂ ਕਹਿੰਦਾ ਜੀ ਤੁਸੀਂ ਮਾਂ ਤੋਂ ਕੁਛ ਖੋਲੋ, ਉਹਦਾ ਘਰ ਖੋਲੋ, ਸਾਰੀ ਕਾਇਨਾਤ ਖੋਲੋ, ਕਹਿੰਦੀ ਮੇਰੇ ਬੱਚੇ ਨਾ ਖੋਇਓ ਮੇਰੇ ਤੋਂ। ਪਰ ਕੁਛ ਕੁ ਐਸੀਆਂ ਮਾਵਾਂ ਨੇ ਜਿਹੜੀਆਂ ਕਿਸੇ ਹੋਰ ਇਨਸਾਨ ਦੇ ਪਿੱਛੇ ਲੱਗ ਕੇ ਆਪਦੇ ਇੱਦਾਂ ਦੇ ਮਾਸੂਮ ਬੱਚਿਆਂ ਨੂੰ ਛੱਡ ਜਾਂਦੀਆਂ ਨੇ। ਲੱਖ ਦੀ ਲਾਹਨਤ ਆ, ਤੁਸੀਂ ਜ਼ਰੂਰ ਸ਼ੇਅਰ ਕਰਿਓ। ਨੰਗਲ ਡੈਮ ਦਾ ਰਹਿਣ ਵਾਲਾ ਪਰਿਵਾਰ ਆ ਜੀ, ਤੁਹਾਡੇ ਪਿਤਾ ਜੀ ਦਾ ਕੀ ਨਾਮ ਦੱਸਿਆ ਤੁਸੀਂ?
ਸੁੱਚਾ ਸਿੰਘ। ਸੁੱਚਾ ਸਿੰਘ ਤੁਸੀਂ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ? ਬਸ ਇਹ ਨੋਏ ਇਹ ਖੇਤਾਂ ਵਿੱਚ ਸਪਰੇ ਲਾ ਦੇਣੇ ਕਿਸੇ ਦੇ। ਉਹਦੀ ਡੈਥ ਹੋ ਗਈ ਸੀ? ਹਾਂਜੀ। ਉਹ ਕਿਵੇਂ ਡੈਥ ਹੋਈ ਸੀ? ਪਤਾ ਨਹੀਂ ਜੀ, ਦਵਾਈ ਚੜ ਗਈ ਸੀ। ਦਵਾਈ ਚੜ ਗਈ ਸੀ। ਤੁਹਾਡੀ ਭੈਣ ਤੋਂ ਵੱਡੀ ਆ ਕਿ ਛੋਟੀ ਆ? ਵੱਡੀ ਆ, ਉਹ ਪੱਠੇ ਪਰ ਰਹਿੰਦੀ। ਅੱਛਾ ਅੱਛਾ, ਉਹਦੀ ਕਿੰਨੀ ਉਮਰ ਆ ਭੈਣ ਦੀ? ਉਹਦੇ ਪਤਾ ਨਹੀਂ ਹੋਣੀ। ਹੁਣ ਪਤਾ ਨਹੀਂ ਉਸ ਭੈਣ ਨਾਲ ਕੀ ਕੁਛ ਹੁੰਦਾ ਹੋਊਗਾ। ਹੁਣ ਤੁਸੀਂ ਇਹ ਸੋਚੋ ਵੀ ਉਸ ਧੀ ਨਾਲ ਸਾਡੀ ਨਾਲ ਕੀ ਕੁਛ ਹੁੰਦਾ ਹੋਊਗਾ। ਇੱਦਾਂ ਦੀਆਂ ਕਿੰਨੀਆਂ ਧੀਵਾਂ ਧੀਆਂ ਨੇ ਸਾਡੀਆਂ ਜਿਨ੍ਹਾਂ 'ਤੇ ਪੁੱਤ ਸ਼ੱਦਰ ਤੱਕ ਹੋ ਜਾਂਦਾ। ਤੁਸੀਂ ਸਾਡੇ ਸ਼ਬਦਾਂ ਨੂੰ ਸਮਝਿਓ। ਅਸੀਂ ਵੀ ਇੱਕ ਬੀਬੀ ਨੂੰ ਛਡਾਉਣ ਜਾਣਾ ਇੱਕ ਦੋ ਦਿਨ ਤੱਕ, ਤੁਹਾਨੂੰ ਅਗਲਾ ਉਹ ਦਿਖਾਵਾਂਗੇ ਵੀਡੀਓ ਦੇ ਰਾਹੀਂ ਵੀ ਉਹਦੇ ਨਾਲ ਕੀ ਕੁਛ ਹੁੰਦਾ, ਤੁਸੀਂ ਦੇਖਿਓ। ਉਹ ਅਸੀਂ ਤੁਹਾਨੂੰ ਅਜੇ ਨਹੀਂ ਦੱਸ ਸਕਦੇ ਵੀ ਕੀ ਹਾਲਾਤ ਨੇ ਅਗਲੇ। ਜਦੋਂ ਤੁਸੀਂ ਵੀਡੀਓ ਦੇਖੋਗੇ ਉਦੋਂ ਦੇਖਿਓ ਤੁਸੀਂ, ਸਾਡਾ ਇਹੋ ਜਿਹਾ ਹਾਲਾਤ ਸਾਡੇ ਬਣ ਚੁੱਕੇ ਨੇ ਜੀ। ਤੁਸੀਂ ਫਿਰ ਬੇਟਾ ਕਿੰਨੇ ਕੁ ਟਾਈਮ ਤੋਂ ਇੱਦਾਂ ਫਿਰ ਰਹੇ ਹੋ ਬਾਪੂ ਜੀ? ਕੀ ਮਤਲਬ ਤੁਹਾਨੂੰ ਕਿੰਨੇ ਦਿਨ ਹੋ ਗਏ ਉੱਥੇ ਮਾੜੀ 'ਤੇ? 15 ਦਿਨ ਹੋ ਗਏ। ਕੋਈ ਕਿਸੇ ਨੇ ਛੱਡਤਾ ਜੀ? ਹਾਂਜੀ। ਨਹੀਂ ਤੁਸੀਂ ਆਪਣੀ ਮੰਮੀ ਨੂੰ ਕਿਹਾ ਨਹੀਂ ਵੀ ਮੈਂ ਤੁਹਾਡੇ ਨਾਲ ਰਹਿਣਾ? ਕਿਹਾ ਤਾਂ ਉਹਨੇ ਰੱਖ ਦੀ। ਕੀ ਕਿਹਾ ਉਹਨੇ ਫਿਰ? ਉਹ ਠੀਕ ਰਹਿੰਦੀ। ਨਹੀਂ ਨਹੀਂ, ਮੰਮੀ ਨੇ ਨਹੀਂ ਕਿਹਾ ਵੀ ਮੈਂ ਤੈਨੂੰ ਰੱਖਦੀ ਨਹੀਂ। ਹੈ ਪੁੱਤ, ਮੈਂ ਤੇਰਾ ਭਰਾ ਆ, ਤੂੰ ਭਾਵਕ ਨਾ ਹੋ, ਮੈਨੂੰ ਦੱਸੋ ਕੀ ਗੱਲ ਆ? ਬਹੁਤ ਬਾਈ ਸੇਵਾ ਦੇ ਗਏ, ਸਾਰੇ ਸੇਵਾ ਰੱਖੇ ਹੋਏ ਆ, ਬਾਈ ਸੇਵਾ ਕਰਾ ਇਹਨਾਂ ਦੀ ਸਾਰਿਆਂ ਦੀ। ਹਾਂਜੀ, ਤੇਰਾ ਇਲਾਜ ਕਰਾਵੇਗਾ ਬਾਈ। ਦੱਸੋ ਕੀ ਗੱਲ ਆ ਪੁੱਤ? ਬੈਠ ਜਾਓ, ਤੁਸੀਂ ਬੈਠ ਜਾਓ, ਬੈਠ ਜਾਓ, ਬੈਠ ਜਾਓ। ਘਾਬਰਿਆ ਵਾ, ਖਬਰਾ ਵਿਚਾਰਾ ਕਿੱਥੇ ਕਿੱਥੇ। 15 ਦਿਨਾਂ 'ਚ ਮੇਰੇ ਨਾਲ ਇੰਨਾ ਲਗਾਓ ਹੋ ਗਿਆ ਜੀ। ਹਾਂ, ਤੁਹਾਡੇ ਨਾਲ ਉਹ ਤਾਂ ਹੋਣਾ ਹੀ ਸੀ। ਇਹ ਪੈਰਾਂ 'ਚ ਕੀ ਪ੍ਰੋਬਲਮ ਨੇ ਦੱਸਿਆ ਹੋਊ ਮਾੜਾ ਮੋਟਾ ਕੁਛ? ਰਿਪੋਰਟਾਂ ਕਰਾਈਆਂ। ਅੱਛਾ ਜੀ ਬੇਟਾ, ਕੀ ਪ੍ਰੋਬਲਮ ਆ ਤੁਹਾਡੇ ਇਹ ਬਾਥਰੂਮ ਵਾਲੀ ਜਗ੍ਹਾ 'ਤੇ? ਕੀ ਪ੍ਰੋਬਲਮ ਆ? ਇਨਫੈਕਸ਼ਨ ਕਹਿ ਰਿਹਾ ਜੀ। ਹਾਂਜੀ, ਅੱਛਾ, ਦੁੱਖ ਰਹੇ ਨੇ? ਬਾਥਰੂਮ ਕਰਨ 'ਚ ਵੀ ਪ੍ਰੋਬਲਮ ਆਉਂਦੀ ਆ? ਓਕੇ, ਸੋ ਜਾਇਆ ਵਾ ਹੈ ਨਾ? ਇਹ ਪੈਰ ਵੀ ਪਤਾ ਨਹੀਂ ਹੁਣ ਕੀ ਤਕਲੀਫ ਨੇ, ਆਪਾਂ ਦਾਖਲ ਕਰਾਉਂਦੇ ਹਾਂ ਜੀ। ਆਪਾਂ ਤੁਹਾਡਾ ਇਲਾਜ ਕਰਾ ਦਈਏ ਪੁੱਤ, ਹੈ ਨਾ? ਪਹਿਲਾਂ ਤੁਸੀਂ ਤੰਦਰੁਸਤ ਹੋ ਜਾਓ, ਉਸ ਤੋਂ ਬਾਅਦ ਆਪਣੀ ਜ਼ਿੰਦਗੀ ਜੀਓ, ਕੰਮ ਲਵਾ ਦਾਂਗੇ ਕਿਤੇ, ਹੈ ਨਾ? ਠੀਕ ਹੈ ਪੁੱਤ, ਪਹਿਲਾਂ ਤੁਸੀਂ ਬੈਠੋ, ਇੱਥੇ ਬੈਠੋ, ਬੈਠ ਜਾਓ। ਦੇਖ ਜਿੰਨੇ ਬੰਦੇ ਨੇ ਆ, ਬਾਈ ਨੇ ਸਾਰਿਆਂ ਦੀ ਸੇਵਾ ਕਰੀ ਹੋਈ ਆ, ਤੇ ਐਂ ਲਿਆ ਲਿਆ ਕੇ ਤੇਰੇ ਵਰਗੇ। ਹੋਰ ਵਾਹਿਗੁਰੂ ਸੱਚਾ ਪਾਤਸ਼ਾਹ। ਕੋਈ ਨਾ ਪੁੱਤਰੀ, ਆ ਤੁਸੀਂ ਦੇਖਿਓ ਕਿੰਨੀ ਕੁ, ਮੈਂ ਕਹਿੰਦਾ ਗਿੱਚੀ ਵੀ ਨਾ ਇੰਨੀ ਕੁ ਇੰਨੀ, ਉੱਠਣ ਬੈਠਣ ਲੈਟਰਿੰਗ ਮੈਂ ਆਪ ਤੋਂ ਹੀ ਆਈ ਇਹਦੀ 5-7 ਦਿਨ, ਇਹ ਤਾਂ ਹੁਣ ਮਾੜਾ ਜਿਹਾ ਠੀਕ ਹੋ ਗਿਆ। ਓਕੇ, ਪ੍ਰਸ਼ਾਦੇ ਪਾਣੀ ਨਾਲ ਕਬਰਾਂ ਕਿੱਥੇ ਕਿੱਥੇ? ਪੁੱਤ, ਤੁਹਾਨੂੰ ਜਿੱਥੇ ਭੱਠੇ 'ਤੇ ਰਹਿੰਦੇ ਉੱਥੇ ਪ੍ਰਸ਼ਾਦਾ ਪਾਣੀ ਮਿਲਦਾ ਸੀ? ਓਕੇ, ਨਹੀਂ ਜਿਹੜੇ ਹੁਣ ਭੱਠੇ 'ਤੇ ਇਹਦੀ, ਇਹਦੀ ਭੈਣ ਕਿਹਦੇ ਕੋਲ ਰਹਿੰਦੀ? ਇਹਦੀ ਭਈਆ ਜੀ ਇੱਕ ਯੂਪੀ ਦਾ, ਉਹ ਰੱਖੀ ਬੈਠਾ ਜੀ, ਉਹ ਰੱਖੀ ਬੈਠਾ ਸੀ। ਮੈਂ ਗਿਆ ਵੀ ਸੀ ਭੱਠੇ 'ਤੇ, ਮੈਂ ਵੀ ਤੂੰ ਕਿਹੜਾ ਭੱਠਾ ਜੀ? ਖੇੜਗੀ ਭੱਠਾ ਜੀ, ਕਰਹਾਲੀ ਦੇ ਨਾਲ। ਅੱਛਾ, ਮੈਂ ਤੂੰ ਇਹਨੂੰ ਰੱਖ, ਕਹਿੰਦਾ ਮੇਰਾ ਤਾਂ ਹੈ ਨਹੀਂ, ਮੈਂ ਰੱਖਦਾ। ਉਹ ਵੀਰੇ ਹੁਣੀ ਦੱਸ ਰਹੇ ਨੇ, ਦੁਬਾਰਾ ਬੋਲ ਕੇ ਅਸੀਂ ਦੱਸ ਦਿੰਦੇ ਹਾਂ, ਉਹ ਖੇੜਕੀ ਪਿੰਡ ਭੱਠੇ 'ਤੇ ਗਏ ਅਤੇ ਉਹ ਕਹਿੰਦੇ ਵੀ ਇਹਨੂੰ ਵੀ ਤੂੰ ਰੱਖ ਜਦੋਂ ਧੀ ਨੂੰ ਰੱਖਿਆ ਵਾ। ਉਹ ਕਹਿੰਦਾ ਮੈਂ ਨਹੀਂ ਰੱਖਦਾ, ਮੇਰਾ ਨਹੀਂ ਹੈਗਾ, ਪਰ ਜਿਹੜੀ ਧੀ ਰੱਖੀ ਵੀ ਆ ਉਹਨੂੰ ਕਿਉਂ ਰੱਖਿਆ, ਇਹ ਵੀ ਇੱਕ ਜਾਂਚ ਦਾ ਵਿਸ਼ਾ। ਅਸੀਂ ਬੇਨਤੀ ਕਰਾਂਗੇ ਖੇੜਕੀ ਪਿੰਡ ਦੀ ਸੰਗਤ ਅੱਗੇ ਵੀ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡੀ ਹਦੂਦ ਦੇ ਅੰਦਰ ਇੱਕ ਧੀ ਸਾਡੀ ਆ ਗਈ ਪਰੇਸ਼ਾਨ ਹੋ ਕੇ, ਜਿਹਦੀ ਮਾਂ ਤਾਂ ਛੱਡ ਕੇ ਕਿਤੇ ਹੋਰ ਵਿਆਹ ਕਰਾ ਗਈ, ਪਰ ਉਹ ਧੀ ਇਸ ਟਾਈਮ ਭੱਠੇ 'ਤੇ ਕਿਸੇ ਇਨਸਾਨ ਕੋਲ ਰਹਿ ਰਹੀ ਆ। ਤੁਹਾਡੀ ਤੁਸੀਂ ਨਿਗਾਹ ਰੱਖਣੀ ਉਸ ਚੀਜ਼ 'ਤੇ ਵੀ ਕਿਤੇ ਸਾਡੀ ਧੀ ਨਾਲ ਕੋਈ ਗਲਤ ਨਾ ਹੋਵੇ। ਤੁਹਾਡਾ ਫਰਜ਼ ਬਣਦਾ ਤੁਹਾਡੀ ਖੇੜਕੀ ਪਿੰਡ ਦੀ ਜਿਹੜੀ ਹਦੂਦ ਦੇ ਅੰਦਰ ਭੱਠਾ ਜੀ, ਔਰ ਚਲੋ ਇਸ ਬੱਚੇ ਦਾ ਇਲਾਜ ਕੀਤਾ ਜਾਣਾ, ਆਪਣੀ ਜ਼ਿੰਦਗੀ ਜੀਊਗਾ, ਪਹਿਲਾਂ ਇਹਦੀ ਪ੍ਰੋਬਲਮ ਸੋਲਵ ਹੋਵੇ। ਮੈਨੂੰ ਲੱਗਦਾ ਨਾ ਜਿਵੇਂ ਦਿਲ 'ਚ ਪ੍ਰੋਬਲਮ ਹੁੰਦੀ, ਜਿਵੇਂ ਕਈ ਬੱਚਿਆਂ ਦੇ ਦਿਲ ਦੇ ਵਿੱਚ ਪ੍ਰੋਬਲਮ ਹੁੰਦੀ ਆ, ਉਹ ਗਰੋਥ ਨਹੀਂ ਕਰਦਾ ਸਾਰਾ ਸਰੀਰ, ਮੈਨੂੰ ਮਤਲਬ ਦੇਖ ਕੇ ਉਹ ਚੀਜ਼ ਲੱਗੀ ਉਹਨੂੰ ਜਦੋਂ ਬੱਚਾ। ਤੁਹਾਡਾ ਕੀ ਨਾਮ ਆ ਬੇਟਾ? ਹੈਂਜੀ, ਉੱਚੀ ਦੱਸੋ ਪੁੱਤ। ਪਰਮਜੀਤ, ਪਰਮਜੀਤ ਸਿੰਘ। ਮਹਾਰਾਜ ਕਿਰਪਾ ਕਰੇ, ਪਰਮਜੀਤ ਸਿੰਘ ਜ਼ਰੂਰ ਇਸ ਬਿਮਾਰੀ ਤੋਂ ਜੀਤ ਪਾਊਗਾ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਪਹਿਲਾਂ ਪ੍ਰਸ਼ਾਦਾ ਪਾਣੀ ਛਕਾਉਂਦੇ ਹਾਂ ਜੀ, ਫਿਰ ਆਪਾਂ ਅੱਗੇ, ਹੈ ਨਾ, ਜਿਵੇਂ ਵੀ ਹੁੰਦਾ ਮਹਾਰਾਜ ਕਿਰਪਾ ਕਰਨਗੇ। ਠੀਕ ਹੈ ਪੁੱਤ, ਦੱਸ ਦਿਓ ਪੁੱਤ ਹੋਰ ਕੀ, ਆਹ ਕੀ ਪਾਇਆ ਵਾ ਤੁਹਾਡੇ? ਅੱਛਾ, ਮਾਤਾ ਦੀ ਫੋਟੋ ਪਾਈ ਵੀ ਆ? ਵਾਹ ਜੀ ਵਾਹ, ਜੈ ਮਾਤਾ ਦੀ, ਜੈ ਮਾਤਾ ਦੀ, ਨੈਣਾ ਦੇਵੀ ਮਾਤਾ ਦੀ। ਠੀਕ ਆ ਪੁੱਤ, ਤੁਹਾਡਾ ਉੱਥੇ ਜਿਹੜਾ ਆਪਣਾ ਨੰਗਲ ਪਿੰਡ ਆ, ਉਹਦੇ ਵਿੱਚ ਘਰ ਕਿੱਥੇ ਕੁ ਪੈਂਦਾ? ਬੇਣੇ ਵਾਲਾ ਪਿੰਡ। ਅੱਛਾ, ਉੱਥੇ ਤੁਹਾਡਾ ਕੋਈ ਹੋਰ ਪਰਿਵਾਰਕ ਮੈਂਬਰ ਰਹਿੰਦਾ? ਤਾਏ ਚਾਚੇ ਆ। ਉਹ ਨਹੀਂ ਤੁਹਾਨੂੰ ਸਮਝਦੇ ਜੀ? ਉਹ ਨਹੀਂ ਤਾਂ ਬਸ ਚੜਾ ਕੇ ਭੇਜਤਾ ਫੇਰ ਤੇ ਮਾਂ ਕੋਲ। ਹੈ ਜੀ, ਇਹਦੀ ਮਾਂ ਤਾਏ ਕੋਲੇ ਛੱਡਿਆ ਜੀ ਤੀ ਨੰਗਲ, ਉੱਥੋਂ ਬਸ ਕਿਵੇਂ ਉਹਨੇ ਬਸ ਚੜਾਤਾ ਕਿੱਧਰ ਨੂੰ? ਇੱਧਰ ਨੂੰ ਮੇਰੇ ਤਾਏ ਨੇ। ਹਾਂ, ਇਹੀ ਹਾਲਤ ਦੇਖੇ। ਕੀ ਕਹਿੰਦਾ, ਮਤਲਬ ਕਿੱਥੇ ਜਾ? ਕਹਿੰਦਾ ਆਪਣੀ ਮਾਂ ਕੋਲੇ ਜਾ।
ओके फिर माँ की कहती माँ ने सामने नहीं तुहाडे सामने ने संगत जी बेनड़ा पिंड बेनड़ा बेनेआल पिंड जी नंगल दे कोले और यदि माँ ने जो दूजा विआह कराया वह दस रहे ने वीर होनी तो इनू अपने ताए को पिंड छे भी उत्थे धक्के धुके खाई जाऊगा रोटी रूटी कितने खा लिया करूँगा पर ताए ने की किया उन्हें भी अपना फर्ज अदा नहीं किया है उन्हें इलाज तो की करवाना सी सहारा तो की बनना सी ऐसे साढ़े रिश्ते हो चुके ने अज परमजीत दे और उन्हें भी बस चढ़ा के कहता अपनी माँ को जा हूँ माँ ने तो किसी होर विआह करा लिया तीजा पहला विआह किया फादर नाल उहदी डैथ हो गई दवाई चढ़ गई स्प्रे करता सी पिंडां दे विच ते दूजा विआह कराया जिहदे कोल इस वीर दी भैण आ ते हुण तीजा करा लिया किसी होर नाल ऐसिया भी लेडीज़ साडे समाज दे विच रह रही ने जिहड़ियां इन्ना आ पाप खटदियां फिरदियां ने तुसीं आप समझदार हो कित्थे सुख पाउणगियां उह अगले परिवार च उहनां दी जिंदगी च सुख नहीं आ सकदा जदों आपदे ढिड्डों जम्मियां नूं आह तकलीफ दिंदियां ने उस तों बाद तां मतलब इहदी मदर ने भी जिहड़ा इहदा नाता तोड़ता इहदे नालों हुण तां इहदा गुरु साहिब किरपा करनगे तुसीं उह सारे भैण भरा इस वीर दे इस बच्चे दे तुसीं इस बच्चे नूं पढ़ाउणा लिखाउणा इलाज करवाउणा तुहाडी जिम्मेवारी आ क्योंकि तुसीं उह जिहनूं गुरू ने सिख्या दित्ती आ भी किसी मजलूम की किसी दुखी की किसी बीमार की बांह फड़नी आ क्योंकि गुरु नानक पातशाह का सिधांत यही कहिंदा जदों तरन तारण साहब की धरती से पहला पिंगलवाड़ा सिख धर्म वालों शुरू किया गया सी गुरु साहिबाना वालों तरन तारण साहब की धरती से पहला वो कौड़ीखाना पिंगलाखाना थी जिथे अज गुरद्वारा साहब बनया वा उत्थों सानू यह सिक्ख्या मिलती है उत्थों भगत पूरन सिंह जी वर्गे प्रभावित होकर तुरे उत्थों सारे जिहड़े सेवादार अगे अगे तुरे सानू यह याद रख लेना चाहिए भी सानू इन वीरां दी बांह फड़नी पैनी है परमजीत सिंह दी सच्चे पातशाह वाहिगुरु कृपा करे होर वीरे तुहानू तुहानू किन्ने दिन हो गए मिले हाले हाँ जी ये मैं 15 दिन हो गए जी इन्हों छड़ गया दरबार से उत्थे माड़ी ते कोई तो मैं उत्थे सेवा करदा जी भी ये फिर मैं सवेरे देखिया मैंने दस्या उत्थे होर संगत ने भी आ बच्चे कोई रात छड़ गया तो फिर 15 दिनों तो इनू मैं यदि जो भी मेरे तो होया जी देखभाल वो कराई डॉक्टर तो हूँ कल डॉक्टर कहिंदा भी ये होर कि पटियाले पटूले लेके जाना पैना फिर इस करके जी थोड़ा असी नहीं एक दसो तुम जो ना उ मतलब गए भैन में मिलने जी उत्थे मतलब की गल सू एंट्रे नहीं होने दिता जी कहना मेरा नहीं है ये फिर इनू लै जाओ फिर इन्हें बाद दसा जी मेरी भैन भी रही है वो भैन भी नहीं मिलने दिता जी निकली ना जी वो अंदर ही रही कदों पता नहीं निकली ना है जान के उम्र तो बड़ी है बच्चे दी उम्र बड़ी है 10-12 साल उम्र नहीं है कि तुसी कहंदे तुसी की काम करदे सी पहला कुछ भी नहीं बस ओ मेरे ताए चाचे बस पानी पूनी लवांदे हुंदे ते मैं ते नाले मेरी भैन ते गोहा चकांदे ते ता करके असीं उरां नूं आए ते मेरी भैन नूं पता था ना पट्ठा ता करके फिर मैनूं उरां नूं लियाई थी फिर उरां कहंदे उत्थे बस जाणा सी ओ मैनूं खेतां विच जीरी रात नूं राखी महाराज कृपा करन जी कोई ना पहला इलाज शुरू कर दें अच्छे भीरे जो तुम इलाज कराया डॉक्टर की जाना पटियाले लेना पेगा कोई गल नहीं अपने हमने आप भेज दें तो डॉक्टर के तो जो आप टेस्ट कराने एक तो फिर अगे देखिए तुम टेस्ट कि करवाए ने देखो उस वीर 15 दिन कि प्यार पै गया वो जेडे छड़ के गए ने परिवारक मैंबर उन्हों का किन्ना करदा होगा हमने मतलब 15 दिन इन्ना प्यार कर रहे और सच्चे पातशाह वाहिगुरु कृपा करन इहो होर पता नहीं किन्नियां भैणां ने किन्ने वीर ने जिहड़े आह हालातों के जिंदगी नरक भरी कट रहे हैं सड़कों पर तुम अपने आले दुआले जरूर ध्यान दो सारे भैन भरा तुहाडे आले दुआले बहुत ऐसे वीर ने जिहड़े प्रॉब्लम च ने किसी आश्रम की वेट ना करो किसी पुलिस की वेट ना करो किसी की वेट ना करो तुम आप हल करो जिवें इस वीर ने 15 दिन हल किया ना जदों सिरों पानी लंघ गया फिर साढ़े तक संपर्क किया 15 दिन आप कोशिश की मैं इस बंदे नूं सलूट करदा वीर नूं तुहाडा की नाम है जी बलकार सिंह जी ने जी किहड़ा पिंड दस्सिया तुसीं करहाली साहब माड़ी ते सेवा करदे ने वीरों नी इन्हां ने मतलब नाल दी नाल किसी आश्रम नूं नहीं वीडियो बना बना सेंड कीतियां और पहलां मतलब सामे आ डॉक्टर दे भी लैके गए जदों हुण हले नहीं कोई बच्चा फिर आश्रम इस करके साडी तुहाडे अगे बेनती आ हल इस चीज़ का पंजाब का यही आ भी आपां अपनी सारी जिम्मेवारी समझांगे और साडे कोल भी काफ़ी इदां दे रब रूपी रूहां ने जिहड़ियां अपनी जिंदगी तो निराश जिन्हां दी फैमिलियां ने धोखे दित्ते ने जिद्दां इस बच्चे ने धोखा होया वो अपनी जिंदगी इत्थे जी रही ने
और अगे अगे इलाज चल रहा, बिल्डिंग बन रही है और 400-500 बंदा अगे जाके रहूगा। सच्चे पातशाह वाहिगुरु कृपा करनगे। पटियाले तो भासों रोड लचकाणी पिंड अपना फर्ज सेवा सोसायटी, तुम आते जाते जरूर 10 मिनट खड़ के जाया करो। सानू सिर्फ तुहाडे प्यार दी सत्कार दी लोड़ है जी। तुसी दवावां करो असी इदां दे परमजीत वर्गे वीरां दी इहे जे बच्चियां दा सहारा बन सके। महाराज कृपा करन। ठीक है वीरे, ठीक है जी, दिलों धन्नवाद जी। वाहिगुरू जी का खालसा, वाहिगुरू जी की फतेह।